ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਨਪਲੈਨ ਡਾਇਰੀ ਦੇ ਵਿੱਚ। ਸੋ ਅੱਜ ਮੈਂ ਚੱਲਿਆ ਜੀ ਮੇਰੀ ਫਸਟ ਡਰਾਈਵਿੰਗ ਲਾਈਸੈਂਸ ਦੇ ਲਈ ਡਰਾਈਵਿੰਗ ਲੈਸਨ ਲਈ। ਹਾਂਜੀ, ਤਾਂ ਇੱਥੇ ਜਿਹੜਾ ਡਰਾਈਵਿੰਗ ਦਾ ਲਾਈਸੈਂਸ ਉਹ ਲੈਣ ਦਾ ਪ੍ਰੋਸੈਸ ਆ ਜਿਹੜਾ ਉਹ ਬਹੁਤ ਡਿਫਰੈਂਟ ਹੈ ਇੰਡੀਆ ਨਾਲੋਂ। ਤਾਂ ਮੇਰਾ ਜੀਵਨ ਆਲਰੇਡੀ ਕਲੀਅਰ ਹੋ ਗਿਆ ਸੀ। ਇਸ ਵੀਡੀਓ ਵਿੱਚ ਸਾਰਾ ਪ੍ਰੋਸੈਸ ਮੈਂ ਤੁਹਾਨੂੰ ਨਾਲ ਨਾਲ ਐਕਸਪਲੇਨ ਵੀ ਕਰੂੰਗਾ ਅਤੇ ਨਾਲੇ ਤੁਹਾਨੂੰ ਇੰਜੋਏ ਕਰਵਾਉਣਾ ਅੱਜ ਦੀ। ਦੇਖੋ ਵਧੀਆ ਸੂਰਜ ਨਿਕਲਿਆ ਹੋਇਆ, ਮਤਲਬ ਠੰਡੀ ਹਵਾ ਚੱਲ ਰਹੀ ਹੈ ਬਟ ਵੈਦਰ ਗੁੱਡ ਹੈ, ਸੂਰਜ ਨਿਕਲਿਆ ਹੋਇਆ ਤਾਂ ਵਧੀਆ ਲੱਗ ਰਿਹਾ। ਸੋ ਚਲੋ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਇਹ ਹੋ ਗਈ ਜੀ ਹੁਣ ਇੱਥੇ ਕਲੋਲ ਹੋ ਗਈ। ਆਏ ਵੀ ਬੱਸਾਂ ਦਾ ਅਜੇ ਤੱਕ ਹਿਸਾਬ ਨਹੀਂ ਆਇਆ ਇੱਥੇ ਚੰਗੀ ਤਰ੍ਹਾਂ ਮੈਨੂੰ ਵੀ। ਤਾਂ ਮੈਂ ਉੱਤਰ ਗਿਆ ਪਿਛਲੇ ਸਟੋਪ 'ਤੇ, ਬੱਸ ਜਾਣੀ ਸੀ ਟਰਮੀਨਲ 'ਚ ਅਤੇ ਦੂਜੀ ਬੱਸ ਮੇਰੀ ਟਰਮੀਨਲ 'ਚ ਸੀ, ਉਹ ਹੋ ਗਈ ਮਿਸ। ਹੁਣ ਮੈਂ ਇੱਥੇ ਕਰ ਰਿਹਾ ਲੇਟ, ਮਤਲਬ ਕਿ ਐਸਟੀਮੇਟ 10 ਮਿੰਟ ਦਾ ਲੇਟ, ਬਟ ਕੋਈ ਨਹੀਂ ਮੈਂ ਟਾਈਮ 'ਤੇ ਪਹੁੰਚੂੰਗਾ ਆਲਮੋਸਟ। ਅਤੇ ਇਹੀ ਹੁੰਦਾ ਥੋੜ੍ਹਾ ਜਿਹਾ ਨਾ, ਮਤਲਬ ਟਾਈਮ ਤੋਂ ਪਹਿਲਾਂ ਨਿਕਲਣਾ ਪੈਂਦਾ ਕਿ ਗਾਂਹ ਵਾਲਾ ਬੰਦਾ ਲੇਟ ਨਹੀਂ ਕਰੂਗਾ ਤੁਹਾਡੇ ਲਈ। ਸੋ ਲੈਟ ਸੀ, ਥੋੜ੍ਹਾ ਜਿਹਾ ਤਾਂ ਲੇਟ ਹੈਗੇ ਆ ਬਟ ਚਲੋ ਕੋਈ ਨਹੀਂ, 5 ਮਿੰਟ ਦੀ ਗੱਲ ਹੋਊਗਾ, ਪਹਿਲਾਂ ਨਹੀਂ ਪੈਂਦਾ। ਸੋ ਆਈ ਐਮ ਵੇਟਿੰਗ ਫੋਰ ਦੀ ਬੱਸ। ਇਸ ਟਾਈਪ ਦੇ ਟਰਮੀਨਲ ਹੁੰਦੇ, ਮੈਂ ਤੁਹਾਨੂੰ ਇੱਕ ਵਾਰ ਦਿਖਾ ਦਿੰਦਾ। ਦੇਖੋ ਇਸ ਤਰੀਕੇ ਨਾਲ ਬੱਸ ਟਰਮੀਨਲ ਹੁੰਦੇ ਆ ਅਤੇ ਐਂ ਕਰਕੇ ਇੱਥੇ ਨੰਬਰਿੰਗ ਲੱਗੀ ਹੁੰਦੀ ਆ, ਤੁਸੀਂ ਦੇਖ ਸਕਦੇ ਹੋ ਨਾ, ਮੈਂ ਦਿਖਾਉਣਾ ਕਲੋਜ਼ ਅਪ ਕਰਕੇ। ਦੇਖੋ ਐਂ ਕਰਕੇ ਇੱਥੇ ਨੰਬਰਿੰਗ ਲੱਗੀ ਹੁੰਦੀ ਹੈ, ਠੀਕ ਹੈ। ਇਹ ਇਸ ਤਰੀਕੇ ਨਾਲ ਨੇ ਬੱਸ ਟਰਮੀਨਲ, ਇੱਥੇ ਬੱਸਿਸ ਆਉਂਦੀਆਂ ਸਾਰੇ ਤਰ੍ਹਾਂ ਦੀਆਂ ਰੁਕਦੀਆਂ ਨੇ, ਠੀਕ ਹੈ ਜੀ। ਚਲੋ ਮਿਲਦੇ ਹਾਂ ਜੀ, ਬੱਸ ਫੜ ਲਈ ਹੁਣ। ਆਈ ਥਿੰਕ ਅੱਜ ਕਿਸਮਤ ਥੋੜ੍ਹੀ ਜ਼ਿਆਦਾ ਹੀ ਬੁਰੀ ਹੈ, ਉਹ ਬੱਸ ਵਾਲੇ ਨੇ ਇੱਥੇ ਬੱਸ ਹੀ ਨਹੀਂ ਰੋਕੀ, ਟਰਮੀਨਲ ਦੇ ਉੱਤੇ ਚੜਾਈ ਨਹੀਂ, ਉਹਨੇ ਸਾਈਡ ਤੋਂ ਹੀ ਟਪਾ ਕੇ ਲੈ ਗਿਆ ਉਹ। ਚਲੋ 2 ਮਿੰਟਾਂ ਬਾਅਦ 'ਚ ਹੋ ਰਿਹਾ, ਦੇਖਦੇ ਹਾਂ ਕੀ ਪਤਾ ਇਹ ਵਾਲੀ ਮਿਲ ਜੇ। ਲੈਟਸ ਸੀ, ਓਕੇ ਜੀ। ਡਰਾਈਵਿੰਗ ਕਲਾਸਾਂ ਲੈ ਲਈਆਂ ਜੀ, ਹੋ ਗਈਆਂ ਨੇ ਅਤੇ ਗੁੱਡ ਸੀ। ਸੋ ਅੱਗੇ ਦੇਖਦੇ ਹਾਂ ਵੀ ਕੀ ਬਣਦਾ, ਹੋਪ ਫੋਰ ਦੀ ਬੈਸਟ। ਦੇਖਦੇ ਹਾਂ ਘਰੋਂ ਦੀ ਪੇਪਰ ਦੀ ਡੇਟ ਮਿਲ ਰਹੀ ਹੈ, ਫਿਰ ਉਹ ਤੋਂ ਬਾਅਦ ਸਾਰਾ ਕੁਛ ਕਰਦੇ ਹਾਂ। ਅਤੇ ਪ੍ਰੋਸੈਸ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸ ਦਿੰਦਾ ਵੀ ਪਹਿਲਾਂ ਤੁਹਾਡਾ ਜੀਵਨ ਹੁੰਦਾ, ਜੀਵਨ ਇਜ਼ ਅ ਰਿਟਨ ਪੇਪਰ, ਉਹਦੇ ਵਿੱਚ ਰੂਲ ਰੈਗੂਲੇਸ਼ਨ ਸਾਰਾ ਕੁਛ ਆਉਂਦਾ। ਅਤੇ ਉਹ ਤੋਂ ਬਾਅਦ ਦੇ ਵਿੱਚ ਸੈਕਿੰਡ ਹੁੰਦਾ ਜਿਹੜਾ, ਉਹਦੇ ਵਿੱਚ 2 ਪੇਪਰ ਹੁੰਦੇ ਆ ਜੀਵਨ ਦੇ ਵਿੱਚ ਤੁਹਾਡਾ, ਇੱਕ ਹੁੰਦਾ ਰੂਲਸ ਅਤੇ ਇੱਕ ਹੁੰਦੇ ਸਿਗਨਲਸ। ਉਹ ਦੋਵੇਂ ਹੋਣ ਤੋਂ ਬਾਅਦ ਦੇ ਵਿੱਚ ਤੁਹਾਡਾ ਜਿਹੜਾ ਦੂਜਾ ਪੇਪਰ ਜੇ ਤੁਹਾਡੇ ਕੋਲ ਇੰਡੀਆ ਦੇ ਵਿੱਚ 2 ਸਾਲਾਂ ਤੋਂ ਵੱਧ ਦਾ ਐਕਸਪੀਰੀਅੰਸ ਹੈਗਾ ਤਾਂ ਤੁਹਾਨੂੰ ਉਹ ਦੇਣ ਦੀ ਲੋੜ ਨਹੀਂ, ਜੇ ਨਹੀਂ ਹੈਗਾ ਤਾਂ ਤੁਹਾਨੂੰ ਉਹ ਲੋੜ ਪਊਗੀ ਦੇਣ ਦੀ। ਤੀਜਾ ਹੁੰਦਾ ਤੁਹਾਡਾ ਜੀ ਤੁਹਾਡਾ ਡਰਾਈਵਿੰਗ ਟੈਸਟ ਹੁੰਦਾ। G2 ਦੇ ਵਿੱਚ ਤੁਹਾਡਾ ਡਰਾਈਵਿੰਗ ਟੈਸਟ ਹੀ ਹੁੰਦਾ ਉਹ ਵੀ, ਬਟ ਉਹਦੇ ਵਿੱਚ ਕੁਛ ਰੈਸਟ੍ਰਿਕਸ਼ਨਸ ਹੁੰਦੀਆਂ, ਅਤੇ G ਦੇ ਵਿੱਚ ਹਾਈਵੇ ਦੇ ਉੱਤੇ ਹੁੰਦੀ ਹੈ ਡਰਾਈਵ। ਅਤੇ ਇਹੀ ਸਾਰਾ ਕੁਛ ਇਹਦਾ ਪ੍ਰੋਸੈਸ ਹੈ, ਬਾਕੀ ਡੈਪਥ ਦੇ ਵਿੱਚ ਪ੍ਰੋਸੈਸ ਮੈਂ ਇਸ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਐਕਸਪਲੇਨ ਕਰ ਦਿੰਦਾ ਇੱਕ ਵਾਰ ਫਿਰ। ਹਾਂਜੀ, ਅਤੇ
ਵਾਪਸ ਆ ਗਿਆ ਸੀਗਾ ਮੈਂ ਘਰੇ। ਉਹ ਤੋਂ ਬਾਅਦ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਜਿਹੜਾ ਵੀ G1 ਮੈਂ ਥੋੜ੍ਹਾ ਜਿਹਾ ਪ੍ਰੋਸੈਸ ਐਕਸਪਲੇਨ ਕਰ ਦਿੰਦਾ ਕਿਵੇਂ ਹੁੰਦਾ ਡਰਾਈਵਿੰਗ ਲਾਇਸੈਂਸ ਦਾ। 10 ਫੇਸਿਸ ਹੁੰਦੇ ਆ G1 G2 ਅਤੇ G। ਜਿਹੜਾ G1 ਹੁੰਦਾ ਉਹਦੇ ਵਿੱਚ ਤੁਹਾਡਾ ਰਿਟਨ ਐਗਜ਼ਾਮ ਹੁੰਦਾ, ਉਹਦੇ ਵਿੱਚ ਤੁਹਾਡੇ ਇੱਕ ਹੁੰਦੇ ਆ ਲਾਜ਼ ਕਿ ਰੂਲਸ ਕੀ ਨੇ, ਦੂਜੇ ਹੁੰਦੇ ਆ ਤੁਹਾਡੇ ਸਿਗਨਲਸ ਦੇ ਬਾਰੇ ਕਿਸ ਕਿਸ ਟਾਈਪ ਦੇ ਸਿਗਨਲਸ ਨੇ, ਕਿਹੜੇ ਸਾਈਨਸ ਨੇ ਉਹਨਾਂ ਦੇ ਬਾਰੇ। ਉਹ ਦੋ ਪੇਪਰ ਹੁੰਦੇ ਆ ਤੁਹਾਡੇ, 20-20 ਨੰਬਰ ਦੇ ਹੁੰਦੇ ਆ, ਦੋਵਾਂ ਦੇ ਵਿੱਚੋਂ ਤੁਹਾਨੂੰ ਦੋਵਾਂ 'ਚ ਹੀ 16 ਈਚ ਲੈਣੇ ਪੈਂਦੇ ਆ ਤਾਂ ਤੁਸੀਂ ਪੇਪਰ ਕਲੀਅਰ ਕਰਦੇ ਹੋ। ਇਨ ਕੇਸ ਤੁਹਾਡਾ ਇੱਕ ਮੋਡਿਊਲ ਰਹਿ ਜਾਂਦਾ, ਇੱਕ ਕਲੀਅਰ ਹੋ ਜਾਂਦਾ, ਤਾਂ ਤੁਹਾਨੂੰ ਅਗਲੀ ਵਾਰ ਉਹ ਮੋਡਿਊਲ ਦੁਬਾਰਾ ਦੇ ਸਕਦੇ ਹੋ, ਇੱਕੋ ਹੀ ਮੋਡਿਊਲ ਦੇਣਾ ਪਊਗਾ, ਦੂਜਾ ਦੇਣ ਦੀ ਲੋੜ ਨਹੀਂ, ਅਤੇ $16 ਤੁਹਾਡੇ ਉਹ ਐਕਸਟਰਾ ਹੋ ਜਾਂਦੇ ਆ। ਸੈਕਿੰਡ ਤੁਹਾਡਾ ਹੁੰਦਾ G2। ਜਿਵੇਂ ਮੰਨ ਲਓ ਕਿ ਮੇਰੇ ਕੋਲ ਇੰਡੀਆ ਦਾ ਐਕਸਪੀਰੀਅੰਸ ਹੈਗਾ ਜੀ ਦਾ, ਸੋਰੀ ਡਰਾਈਵਿੰਗ ਲਾਇਸੈਂਸ ਦਾ ਐਕਸਪੀਰੀਅੰਸ ਹੈਗਾ ਮੇਰੇ ਕੋਲ 7 ਸਾਲਾਂ ਦਾ, ਤਾਂ ਕਰਕੇ ਮੇਰਾ ਉਹ ਐਕਸਪੀਰੀਅੰਸ ਐਡ ਹੋ ਜਾਣਾ ਅਤੇ ਮੈਨੂੰ G2 ਦੇਣ ਦੀ ਲੋੜ ਨਹੀਂ ਪੈਣੀ, ਮੈਨੂੰ ਸਿੱਧਾ G ਦੇਣ ਦੀ ਲੋੜ ਪਊ। ਜੇ ਮੰਨ ਲਓ ਤੁਹਾਡੇ ਕੋਲ ਐਕਸਪੀਰੀਅੰਸ ਹੈ ਨਹੀਂ, ਮਿਨੀਮਮ 2 ਈਅਰਸ ਹੋਣਾ ਚਾਹੀਦਾ, ਜੇ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਹੈਗਾ ਤਾਂ ਤੁਹਾਨੂੰ G2 ਦੇਣਾ ਪਊਗਾ। G2 ਅਤੇ G ਦੇ ਵਿੱਚ ਥੋੜ੍ਹਾ ਜਿਹਾ ਡਿਫਰੈਂਸ ਹੈ, G2 ਦੇ ਵਿੱਚ ਤੁਹਾਨੂੰ ਥੋੜ੍ਹੀਆਂ ਰਿਸਟ੍ਰਿਕਸ਼ਨਸ ਲੱਗ ਜਾਂਦੀਆਂ, ਤੁਸੀਂ ਜਿਹੜਾ ਤੁਹਾਡਾ ਡਰਾਈਵ ਟੈਸਟ ਹੈ ਉਹ ਵੀ ਡਰਾਈਵ ਟੈਸਟ ਹੀ ਹੈ ਵੈਸੇ, ਤਾਂ ਉਹ ਇੱਕ ਲਿਮਿਟਿਡ ਤਰੀਕੇ ਨਾਲ ਹੁੰਦਾ, ਇੱਕ ਰਿਸਟ੍ਰਿਕਸ਼ਨਸ ਦੇ ਨਾਲ ਹੁੰਦਾ। ਜਿਹੜਾ ਤੁਹਾਡਾ G ਹੈ ਉਹ ਤੁਹਾਡਾ ਹਾਈਵੇ ਟੈਸਟ ਹੁੰਦਾ, ਵੀ ਤੁਸੀਂ G ਦੇ ਵਿੱਚ ਤੁਹਾਡੇ ਕੋਲ ਫੁੱਲ ਫਲੈਜ ਲਾਇਸੈਂਸ ਆ ਜਾਂਦਾ, ਤੁਸੀਂ ਹਾਈਵੇ 'ਤੇ ਵੀ ਚਲਾ ਸਕਦੇ ਹੋ, ਤੁਸੀਂ ਕਿਤੇ ਵੀ ਗੱਡੀ ਚਲਾ ਸਕਦੇ ਹੋ, ਤੁਸੀਂ ਗੱਡੀ ਲੈ ਸਕਦੇ ਹੋ, ਸਭ ਕੁਝ A to Z ਤੁਸੀਂ G ਲਾਇਸੈਂਸ ਦੇ ਵਿੱਚ ਕਰ ਸਕਦੇ ਹੋ, ਅਤੇ ਇਹੀ ਡਿਫਰੈਂਸ ਹੈ। ਇਨ ਕੇਸ ਮੰਨ ਲਓ ਵੀ G ਦੇ ਵਿੱਚ ਬੰਦਾ ਫੇਲ ਹੋ ਜਾਂਦਾ, ਤਾਂ ਉਹ ਕੁਛ ਟਾਈਮ ਪੀਰੀਅਡ ਹੈਗਾ ਜਿਹੜਾ ਤੁਹਾਨੂੰ ਟਾਈਮ ਪੀਰੀਅਡ ਤੋਂ ਬਾਅਦ ਦੇ ਵਿੱਚ ਤੁਹਾਨੂੰ G2 ਦੇਣਾ ਪਊਗਾ, ਅਤੇ G ਤੁਸੀਂ 1 ਸਾਲ ਲਈ ਨਹੀਂ ਦੇ ਸਕਦੇ, G ਤੁਸੀਂ 1 ਸਾਲ ਇੱਕ ਵਾਰੀ ਦੇ ਸਕਦੇ ਹੋ। ਜੇ ਤੁਸੀਂ ਉਹਦੇ ਵਿੱਚ ਇਨ ਕੇਸ ਫੇਲ ਹੋ ਗਏ ਤਾਂ ਤੁਹਾਨੂੰ ਵੇਟ ਕਰਨਾ ਪਊਗਾ ਫੋਰ 1 ਈਅਰ। ਇਹੀ ਪ੍ਰੋਸੈਸ ਹੈ ਡਰਾਈਵਿੰਗ ਲਾਇਸੈਂਸ ਦਾ। ਸੋ ਹੋਪ ਯੂ ਲਾਈਕ ਦਿਸ ਵੀਡੀਓ, ਅਤੇ ਜੇ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਕਮੈਂਟਾਂ 'ਚ ਦੱਸ ਦਿਓ ਕੁਛ ਸੁਜੈਸ਼ਨਸ ਮੇਰੇ ਲਈ, ਅਤੇ ਇਹ ਵੀਡੀਓ ਨੂੰ ਲਾਈਕ ਕਰ ਦਿਓ। ਥੈਂਕਸ ਫੋਰ ਵਾਚਿੰਗ ਦਿਸ ਵੀਡੀਓ, ਸਟੇ ਟਿਊਨ ਟਿਲ ਦੀ ਨੈਕਸਟ ਵੀਡੀਓ।